ਸਰ ਜੀ ਇੱਕ ਨਾ ਸਮੱਸਿਆ ਸੀਗੀ ਹਾਂ ਵੀ ਅਸੀਂ ਇੱਥੇ ਗੱਡੀ ਖੜੀ ਕੀਤੀ ਸੀਗੀ ਜੀ, ਹਾਂ 11 ਵਜੇ ਦੀ ਸਾਡੀ ਐਂਟਰੀ ਆ, 10-13 ਮੇਰੀ ਗੱਡੀ ਆ। ਹਾਂ ਮੈਂ ਇਹਨਾਂ ਕੋਲ ਆਉਂਦਾ ਵਾ ਜੀ, ਹਾਂ ਗੱਡੀ ਖੜੀ ਕਰਦਾ, ਵਾਪਸ ਜਾਣ ਵੇਲੇ ਇਹਨਾਂ ਦੇ ਮੁਲਾਜ਼ਮ ਹਾਂ ਬਿਨਾਂ ਮੇਰੀ ਪਰਚੀ ਚੈੱਕ ਕੀਤੇ ਹਾਂ ਮੇਰੀ ਗੱਡੀ ਤੇ ₹40 ਚਾਰਜ ਕਰਦੇ, ਜਦਕਿ ਇੱਥੇ ਪਰਚੀ ਤੇ ਲਿਖਿਆ ₹23.60 ਹਾਂ 4 ਘੰਟਿਆਂ ਦੇ, ਹਾਂ ਉਸ ਤੋਂ ਉੱਤੇ ਦੇ ਹੈਗੇ 35 ਤੋਂ 40। ਹਾਂ ਮੈਂ ਸਿਰਫ 11 ਵਜੇ ਇੱਥੇ ਐਂਟਰੀ ਕੀਤੀ ਸੀਗੀ ਤੇ 11:15 ਤੇ ਮੈਨੂੰ ਘਰੋਂ ਫੋਨ ਆ ਗਿਆ, ਹਾਂ ਮੈਂ ਜਾਣਾ ਸੀਗਾ। ਹਾਂ ਇਹ ਬੰਦੇ ਇੱਥੇ ਖੜ ਕੇ ਮੇਰੇ ਤੋਂ ₹40 ਲੈਂਦੇ ਨੇ, ਹਾਂ ਬਿਨਾਂ ਪਰਚੀ ਦੇਖੇ ਮੈਨੂੰ ਕਹਿੰਦੇ ਜੀ ਗੂਗਲ ਪੇ ਕਰ ਦਿਓ। ਹਾਂ ਮੈਂ ਗੂਗਲ ਪੇ ਕਰਦਾ ਵਾਂ ਜੀ। ਹਾਂ ਉਹਦੇ 'ਚ ਇਹਨਾਂ ਨੇ ਆਹ ਕੋਈ ਸੁਨੀਤਾ ਰਾਣੀ ਹੈਗੀ ਆ, ਹਾਂ ਸਵਿਤਾ ਰਾਣੀ, ਹਾਂ ਇਹਦੇ ਨਾਂ ਤੇ ਮੇਰੇ ਤੋਂ ਇਹਨਾਂ ਨੇ ਪੈਸੇ ਫੜੇ ਨੇ ₹40। ਸਵਿਤਾ ਰਾਣੀ ਇਹਦੇ ਬਾਰੇ ਕਾਕਾ ਕਾਕਾ ਸੁਣੋ, ਉਹਦੇ ਬਾਰੇ ਵੀ ਮੈਨੂੰ ਤਾਂ ਸਵਾਲ ਹੈ ਜੀ, ਇਹ ਬਿਨਾਂ ਪਰਚੀ ਦੇਖੇ ਜੇ ਅੱਧਾ ਗੱਡੀਆਂ ਭੇਜ ਰਿਹਾ, ਕੱਲ ਨੂੰ ਕੋਈ ਚੋਰ ਠੱਗ ਲੈ ਜਾਂਦਾ ਮੇਰੀ ਗੱਡੀ, ਮੈਂ ਕਿਹਨੂੰ ਇਹਨਾਂ ਨੂੰ ਨਹੀਂ ਤੁਹਾਡੀ ਬਿਨਾਂ ਪਰਚੀ ਤੋਂ ਗੱਡੀਆਂ ਨੇ ਲੰਘਣ ਦਿੱਤੀ ਆ। ਹਾਂਜੀ ਹੈ, ਹਾਂਜੀ ਸਰ, ਕੌਣ ਇੱਥੇ ਇੰਚਾਰਜ ਬੁਲਾਓ ਇਹਨਾਂ ਨੂੰ। ਓ ਕਾਕਾ ਕੌਣ ਹੈ ਇੰਚਾਰਜ ਬਈ ਤੁਹਾਡੇ ਇੱਥੇ? ਜੈਹੋ ਤਾਂ ਠੀਕ ਹੈ, ਬਿੱਟੂ ਜੀ ਆਪਾਂ ਓਵਰ ਚਾਰਜਿੰਗ ਹਰ ਪਾਸੇ ਲੈ ਰਹੇ ਹੋ, ਕਾਦੀਆਂ ਮੇਰੇ ਕੋਲ ਤੁਹਾਡੀਆਂ ਕੰਪਲੇਂਟਾਂ ਆ ਰਹੀਆਂ ਨੇ। ਬੁਲਾਓ ਇਹਨਾਂ ਨੂੰ, ਬੁਲਾਓ ਬੁਲਾਓ ਇਹਨਾਂ ਨੂੰ, ਮੈਂ ਏਡੀ ਸਾਹਿਬ ਡੀ ਸਾਹਿਬ ਨੂੰ ਬੁਲਾਉਣਾ। ਇੱਥੇ ਬੈਠੇ ਆ, ਕਿੱਥੇ ਭੱਜ ਗਿਆ? ਨਹੀਂ ਇੱਥੇ ਹੁਣ ਕੋਈ ਨੀ, ਪਰਚੀ ਕੱਟ ਲੈ ਰਿਹਾ ਦੇ ਰਿਹਾ। ਹੈਂ ਪੁੱਛੋ ਇਹਨਾਂ ਨੂੰ ਮੋਟਰਸਾਈਕਲ। ਹੈਲੋ ADC ਸਾਹਿਬ, ਮਾਰਨਿੰਗ ਸਰ। ਹਾਂ ਮੈਂ ਸਰ ਸਟੈਂਡ ਤੇ ਖੜਾ, ਜ਼ਰੂਰੀ ਐਮਰਜੈਂਸੀ ਆ ਕਾਇੰਡਲੀ। ਸਰ ਮੈਂ ਇੱਥੇ ਸਟੈਂਡ ਤੇ ਖੜਾ, ਓਵਰ ਚਾਰਜਿੰਗ ਬਹੁਤ ਲੈ ਰਹੇ ਨੇ ਇਹ, ਠੀਕ ਹੈ, ਤੇ ਕਾਇੰਡਲੀ 2 ਮਿੰਟ ਲਈ ਵਿਜ਼ਿਟ ਕਰੋ ਕਿਸੇ ਤਰੀਕੇ ਨਾਲ ਆ ਕੇ ਪਲੀਜ਼। ADC ਸਾਹਿਬ ਆ ਰਹੇ ਆ ਹੁਣੇ, ਸੈਲਫੀ ਬਾਅਦ ਚ ਲੈ ਲਾਂਗੇ, ਪਹਿਲਾਂ ਆਪਾਂ ਕੰਮ ਕਰ ਲਈਏ। ਨਹੀਂ ਇਹ ਬਾਕੀਆਂ ਨੂੰ ਵੀ ਪੁੱਛੋ ਯਾਰ, ਜਿਹੜੇ ਜਾ ਰਹੇ ਨੇ ਤੇ ਓਵਰ ਚਾਰਜਿੰਗ ਭਾਜੀ ਇੱਥੇ ਸਟੈਂਡਾਂ ਤੇ। ਇੱਕ ਮਿੰਟ ਭਾਜੀ, ਬੇਨਤੀ ਓਵਰ ਚਾਰਜਿੰਗ ਲਈ ਜਾ ਰਹੀ ਤੁਹਾਡੇ ਤੇ, ਤੂੰ ਕਿਵੇਂ ਬੋਲਦਾ ਬਈ, ਤੂੰ ਤਾਂ ਪੈਸੇ ਲੈ ਰਿਹਾ, ਓਵਰ ਚਾਰਜਿੰਗ ਲੈ ਰਹੇ ਹੋ, ਕਿੰਨੇ ਕਿੰਨੇ ਪੈਸੇ ਲਏ ਆ? ਕਿੰਨੇ ਬ੍ਰਦਰ ਪੈਸੇ ਦਿੱਤੇ ਆਪਾਂ? ਤੁਹਾਡੇ ਫਾਇਦੇ ਦੀ ਗੱਲ ਕਰਦੇ ਆ, ਅੱਜ ਤਾਂ 10 ਦੇ ਤੱਕ 20 ਲੈਂਦੇ ਹੈ, ਅੱਜ ਤਾਂ 10 ਲੈਂਦੇ ਆ, ਅੱਗੇ ਕਿੰਨੇ ਲੈਂਦੇ ਆ? 20 ਲੈਂਦੇ ਆ, 20 ਲੈਂਦੇ ਆ, ਅੱਜ 10 ਲਏ ਆ ਸਾਡੇ ਆਣ ਕਰਕੇ, ਪਤਾ ਨਹੀਂ ਹੁਣੇ ਪਰਚੀ ਕੱਟੀ ਆ। ਹੈ ਪਹਿਲਾਂ ਨਹੀਂ ਕੱਟੀ, ਪੁੱਛੋ ਇਹਨਾਂ ਨੂੰ, ਜਾਣ ਦੇ ਉਹਨਾਂ ਨੂੰ। ਨਹੀਂ ਨਹੀਂ ਮੈਂ ਤਾਂ ਤੁਹਾਡੀ ਮੁਸ਼ਕਲ, ਮੈਂ ਤਾਂ ਤੁਹਾਡੀ ਮੁਸ਼ਕਲਾਂ ਸੋਲਵ ਕਰਨ ਆਇਆ ਮਹਾਰਾਜ, ਕਰੋ ਮੈਂ ਤਾਂ ਹੀ ਕਹਿੰਦਾ ਨਾ, ਦੇਖੋ ਜੇ ਸੱਚ ਦੀ ਆਵਾਜ਼ ਤੇ ਤੁਸੀਂ ਮੇਰਾ ਸਾਥ ਦਿਓਗੇ ਤਾਂ ਹੀ ਗੱਲ ਬਣਨੀ ਹੈ, ਠੀਕ ਹੈ ਨਾ। ਜੇ ਤੁਹਾਡੇ ਤੇ ਜੇਬਾਂ ਤੁਹਾਡੀਆਂ ਨੂੰ ਚੂਨਾ ਲਾ ਰਹੇ ਨੇ ਇਹ, ਤੇ ਕਿਉਂ ਲਾ ਰਹੇ ਨੇ? ਆਪਾਂ ਹੱਕ ਲਾਲ ਦੀ ਕਮਾਈ ਕਰਦੇ ਹਾਂ ਫਿਰ। ਨਹੀਂ 20 ਲਏ ਆ, ਨਹੀਂ ਹੁਣ ਕਿਵੇਂ ਲੈ ਲੈਣਗੇ ਵੱਧ? ਆ 20 ਰੁਪਏ ਲਏ ਤੁਹਾਡੇ ਤੋਂ, 20 ਲੈਂਦੇ ਰੋਜ਼ ਤੁਹਾਡੇ ਤੋਂ ਭਾਜੀ? ਵੈਸੇ 10 ਰੁਪਏ ਰੇਟ ਆ, ਕੋਈ ਗੱਲ ਨੀ। ਇੱਧਰ ਦੇਖੋ, ਏ 20 ਲੈ ਰਹੇ ਨੇ, 20 ਲੈ ਰਹੇ ਆ, 10 ਦੀ ਜਗ੍ਹਾ 20 ਲੈ ਰਹੇ ਨੇ ਤੁਹਾਡੇ ਤੋਂ। ਪੈਂਤੀ ਕਿੰਨੇ ਲੈ ਰਹੇ? ਨਹੀਂ ਨਹੀਂ ਤੁਸੀਂ ਦਿੱਤੇ ਨੇ ਤੁਹਾਡੇ ਤੋਂ ਬਾਬਾ ਜੀ, ਕਿੰਨੇ ਲਏ ਨੇ? 20 ਲੈਂਦੇ ਆ, 20 ਲੈਂਦੇ ਆ ਨਾ, ਚਲੋ ਕੋਈ ਗੱਲ ਨੀ। ਆ ਕਾਰ ਵਾਲਿਆਂ ਨੂੰ ਪੁੱਛੋ ਕਿੰਨੇ ਪੈਸੇ ਲੈਂਦੇ ਇਹਨਾਂ ਤੋਂ। ਨਹੀਂ ਜੀ ਨਹੀਂ, 10 ਦੇਣੇ ਆ, 20 ਕਿਉਂ ਦੇਣੇ ਆ? ਤੁਹਾਡੇ ਤੋਂ ਕਿੰਨੇ ਪੈਸੇ ਲੈਂਦੇ? 20 ਲੈਂਦੇ ਆ, ਹਮੇਸ਼ਾ 20 ਲੈਂਦੇ ਆ, 10 ਰੁਪਏ ਹੈ ਵੈਸੇ ਰੇਟ। ਹਾਂ
लंगर तो 10 ही देने हैं। किन्ने पैसे लेंदे पाजी तुहाडे तो? अच्छा किन्ने ले आ दित्ते अज दा दस ही? चलो लंगो तुसी बेटा दित्ते पैसे? अच्छा जाओ लंग जाओ, पुछो लंग लंगो जी। ₹60 भी किन्नी देर दे? 50 रुपए 60 रुपए हूँ 23 रुपये 60 पैसे रेट है, ध्यान रखियो। बाकी असि कर देना लोट, अज चिंता ना करो है। अच्छा 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 कोई नहीं, कर दिया लोट इन्हों अज। थैंक यू, चलो लंघो भी, लंघ जान दे भाई, लंघाओ गड्डी। सत श्री अकाल जी। भाजी किन्ने पैसे की पर्ची कटाने हो? नहीं किन्ने दिते आ? पहली बार आए हो? अच्छा अच्छा चलो 23 रुपए 60 पैसे रेट है, ओवर चार्जिंग बंद करा रहा मैं, ध्यान रखो। हाँ जी कि देर होगी आया? कोई गल नहीं लंघो, ਤੁਸੀਂ ਵੀ ਆਨੇ ਹੋ ਜੀ ਇੱਥੇ? ਕਿੰਨੇ ਪੈਸੇ ਲੈਂਦੇ ਤੁਹਾਡੇ? ਹੈ ਨਹੀਂ ਪਹਿਲਾਂ ਵੀ ਆਨੇ ਹੋ? ਕਿੰਨੇ ਪੈਸੇ ਲੈਂਦੇ ਆ? 20 ਰੁਪਏ? ਹਾਂਜੀ ਸਰ। ਹੈਲੋ ਸਰ, ਚਾਬਾ ਸਰ, ਸਰ ਆ ਜਿੰਨੇ ਬੰਦੇ ਮੈਂ ਰੋਕ ਰਿਹਾ ਸਰ, ਹਰੇਕ ਮੋਟਰਸਾਈਕਲ ਤੋਂ 20 ਰੁਪਏ ਲੈ ਰਹੇ ਨੇ, ਜਦਕਿ 10 ਰੁਪਏ ਰੇਟ ਆ, 10 ਰੁਪਏ ਰੇਟ ਆ ਨਾ ਸਰ, ਠੀਕ ਆ 20 ਰੁਪਏ ਹਰ ਬੰਦੇ ਦੋ। ਤੁਸੀਂ ਕਿੰਨੇ ਦਿੰਦੇ ਹੋ ਜੀ ਹਮੇਸ਼ਾ? ਹੈਲੋ ਜੀ सारे जिन मर्जी रोक सर, किन्ने पैसे है जी? 20 रुपये लेंदे? हाँ लंघो भाजी लंघो, आ बेटी जान दो। जिन्हों गूगल पे किया ਇਹਨਾਂ ਨੂੰ ਪੁੱਛੋ ਕਾਰ ਵਾਲਿਆਂ ਨੂੰ ਕਿੰਨੀ ਦੇਰ ਹੋਈ, ਕਿੰਨੇ ਪੈਸੇ ਲਏ ਆ? ਇੱਧਰ ਹੋ ਜਾਓ। 40 ਰੁਪਈਏ 15 ਮਿੰਟ ਵਿਦਆਊਟ ਐਨੀ ਪਰਚੀ ਚੈੱਕ ਕੀਤੇ ਆ ਵਾਲ। ਅੱਛਾ ਗੂਗਲ ਤੇ ਕੋਈ ਐਵਿਡੈਂਸ ਆ ਗਿਆ? ਹਾਂਜੀ ਅਸੀਂ ਵਿਦ ਐਵਿਡੈਂਸ ਤਾਂ ਹੀ ਤੁਹਾਨੂੰ ਬੁਲਾਇਆ ਇੱਥੇ। ਨਹੀਂ ਨਹੀਂ ਬਿਲਕੁਲ ਵੀਡੀਓ ਸਰ, ਇਹ ਨਹੀਂ ਹੈ ਜੀ, ਇਹ ਤਾਂ ਲੁੱਟ ਲੈ। ਕੰਪਲੇਂਟ ਆਈ ਸੀ ਜੀ? ਕੰਪਲੇਂਟ ਜੀ ਆਈ ਆ ਵੀ ਇੱਥੇ 23 ਰੁਪਏ 60 ਰੁਪਏ 60 ਪੈਸੇ ਇਹਨਾਂ ਦਾ ਰਿਜ਼ਰਵ ਪ੍ਰਾਈਸ ਆ ਜਿਹੜਾ ਘੰਟੇ 4 ਘੰਟੇ ਦਾ ਕੱਢੇ ਦਾ 40 ਰੁਪਏ 50 ਰੁਪਏ। ਠੀਕ ਹੈ ਨਾ, ਇੱਥੇ ਬੋਰਡ ਲਾਉਂਦੇ ਨੇ, ਸਕੂਟਰ ਦੇਣੇ ਪੈਸੇ, ਕਾਰ ਦੇਣੇ ਪੈਸੇ, ਕੀ ਇਹਨਾਂ ਦੇ ਸਟਾਫ ਦੇ ਬੰਦੇ ਇੱਥੇ ਆਉਂਦੇ ਨੇ ਚੁੱਪ ਕਰਕੇ ਨੱਦ ਬਣਾ ਜਾ ਸੋਏ ਨੇ? ਚਲੋ ਉਹਦੇ ਵਿੱਚ ਸਾਡੀ ਜਨਤਾ ਨਾ ਜਿਹੜੀ ਕਾਲੀ ਛੁੰਦੀ ਹੈ ਇੱਥੋਂ ਦੀ ਗਰੀਬ ਜਨਤਾ, ਅਗਲੇ ਕਹਿੰਦੇ 10-20 ਰੁਪਏ ਪਿੱਛੇ ਇਹਨਾਂ ਨਾਲ ਲੜਨਾ ਨਹੀਂ, ਉਹ ਬੋਲ ਕੇ ਗਏ ਨੇ ਇੱਥੇ, ਕਹਿੰਦੇ ਜੇ 10-20 ਰੁਪਏ ਪਿੱਛੇ ਕੀ ਇਹਨਾਂ ਗੁੰਡਿਆਂ ਨਾਲ ਅਸੀਂ ਮੱਥਾ ਲਾਈਏ ਵੀ ਕੱਲ ਹਰ ਬੰਦਾ ਆਪਣੀ ਦੇਖੋ ਸੇਫ ਚੱਲਦਾ, ਕਿਉਂਕਿ ਜਿਹੜੇ ਇਹ ਬੰਦੇ ਗੁੰਡੇ ਬਿਠਾਏ ਨੇ ਇਹਨਾਂ ਨੇ, ਠੀਕ ਆ, ਇਹ ਗੁੰਡਾਗਰਦੀ ਇੱਥੇ ਹੁਣ ਤਾਂ ਚੱਲਣ ਨਹੀਂ ਦੇਣੀ ਹਲਕਾ ਵੈਸਟ ਖਾਸ ਕਰਕੇ ਮੈਂ, ਤੇ ਜੋ ਓਵਰ ਚਾਰਜਿੰਗ ਇਹ ਹੋ ਰਹੀ ਹੈਗੀ ਆ ਇਮੀਡੀਏਟ ਮੇਰੀ ਬੇਨਤੀ ਹੈ ਸਰ, ਇਹਨੂੰ ਸਸਪੈਂਡ ਕਰੋ ਅੱਜ ਹੀ ਕਰਕੇ, ਇੱਥੇ ਆਪਾਂ ਆਪਣਾ ਸਟਾਫ ਬਿਠਾ ਦਈਏ, ਆਪਣਾ ਸਟਾਫ ਬਿਠਾ ਕੇ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ, ਠੀਕ ਹੈ ਨਾ ਜੀ, ਤੇ ਇਹਨਾਂ ਨੂੰ ਸਸਪੈਂਡ ਕਰਕੇ ਇਹਨਾਂ ਦੀ ਜਿੰਨੀ ਸਿਕਿਉਰਿਟੀ ਆ ਉਹ ਆਪਾਂ ਉਹਨੂੰ ਕੈਂਸਲ ਕਰਕੇ ਆਪਣੇ ਸਰਕਾਰੀ ਖਜ਼ਾਨੇ ਜਮ੍ਹਾਂ ਕਰੀਏ, ਔਰ ਉਹਦੇ ਨਾਲ ਨਾਲ ਇਹਨਾਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਰੀਏ, ਤਾਂ ਕਿ ਇਹ ਲੋਕਾਂ ਦੇ ਮੂੰਹ ਨੂੰ ਜਿਹੜਾ ਪੁਰਾਣਾ ਰਵਾਇਤੀ ਪਾਰਟੀਆਂ ਦਾ ਖੂਨ ਲੱਗਿਆ ਉਹ ਬੰਦ ਕਰੀਏ ਸਰ, ਇਹ ਮੇਰੀ ਹੰਬਰ ਰਿਕੁਐਸਟ ਆ। ਮੈਂ ਨਾ ਇਹਦੇ ਬਾਰੇ ਨਾ ਇੱਕ ਗੱਲ ਜਿਹੜੀ ਸਪਸ਼ਟ ਕਰਨਾ ਚਾਹੁੰਦਾ ਕਿ ਇਵਨ ਲਾਸਟ ਈਅਰ ਵੀ ਨਾ ਜਦ ਠੇਕਾ ਜਿਹੜਾ ਸੀ ਹਜੇ ਮੁਕੰਮਲ ਹੋਇਆ ਨਹੀਂ ਸੀ, ਤੇ ਉਸ ਦੌਰਾਨ ਨਾ ਇਵਨ ਸਾਡੇ ਕੋਲ ਵੀ ਕੰਪਲੇਂਟ ਆਈ ਸੀਗੀ, ਤੇ ਇਮੀਡੀਏਟਲੀ ਅਸੀਂ ਕੈਂਸਲ ਕਰਕੇ ਠੇਕਾ ਉਸ ਕੰਟਰੈਕਟਰ ਨੂੰ ਕੀਤਾ ਸੀ ਨਾ ਬਲੈਕ। ਉਹ ਦੇਖੋ ਓਵਰ ਚਾਰਜ ਤਾਂ ਨਹੀਂ ਲੈ ਰਹੇ ਇਸ ਵਾਰੀ, ਜਿਹੜਾ ਇਸ ਸਾਲ 2022-23 ਦੇ ਵਿੱਚ ਵੀ ਜਿਹੜਾ ਆਪਾਂ ਠੇਕਾ ਦਿੱਤਾ ਹੈ ਅਸੀਂ 3 ਵਾਰੀ ਬੋਲੀਆਂ ਕੀਤੀਆਂ, ਤੇ ਜਦ ਕਿ ਸਾਡੇ ਉਹ ਸਿਰੇ ਨਹੀਂ ਚੜੀ,
कुछ महीने जिहड़ा है सर इदां ही चलता रहा, उस तो बाद जिहड़ा सी असीं दुबारा ठेका करके जिहड़ा रहिंदा समां सी उहदा शुरू कीता असीं 1.5 महीना पहला ही जिहड़ा। बट सर डेफिनेटली जिहड़ियां ने कंप्लेंट्स आईआं ने एंड कंप्लेंट्स तो बाद उहदे फलस्वरूप कई जगह ते ईवन एंट्री ते एग्जिट ते उह लवाए गए ने कि इहने ते चार्जिस किन्ने किन्ने ने। हाँ इन्ना जरूर है कि जिवें कि स्कूटर का जिहड़ा है 10 रुपए है मोटरसाइकिल का, ते कार का ते जिहड़ा जीप का 4 घंटे लई 20 रुपए, 18% जिहड़ा GST एक्सट्रा, इन एडिशन टू दैट जे 4 घंटे तो ज़्यादा हो ते 30 रुपए। बट सर जिवें कि तुसीं गल कर रहे हो कि ओवर चार्जिंग हुई है, ईवन लास्ट वीक भी अखबार के बीच जिहड़ी खबर लगी सी कि सर इह भी ध्यान दे विच लै के आए सी, ईवन ट्रिब्यून वाले जिहड़े ने उह भी ध्यान दे विच लै के आए सी, ਉਹਨਾਂ ਧਿਆਨ ਦੇ ਵਿੱਚ ਲੈ ਕੇ ਤੇ ਇਮੀਡੀਏਟਲੀ ਅਸੀਂ ਸ਼ੋਕਰ ਨੋਟਿਸ ਕਰਿਆ ਵੀ। ਸਰ ਲਾਸਟ ਵੀਕ ਜਿਵੇਂ ਕਿ ਤੁਹਾਡੇ ਨਾਲ ਗੱਲ ਹੋਈ ਸੀਗੀ, ਇਹ ਤਿਉਹਾਰਾਂ ਤੋਂ ਬਾਅਦ ਇਮੀਡੀਏਟਲੀ ਸਰ, ਕਿਉਂਕਿ ਇਹ ਸਾਡਾ ਟੌਪ ਪ੍ਰਾਇੋਰਟੀ ਦੇ ਉੱਤੇ ਹੈ, ਕਿਉਂਕਿ ਅਲਟੀਮੇਟਲੀ ਕਿ ਜਿਵੇਂ ਇਦਾਂ ਦੀ ਖਬਰ ਹੋਏਗੀ ਸਰ ਲੋਕ ਇੰਨੇ ਪਰੇਸ਼ਾਨ ਨੇ, ਨਹੀਂ ਲੋਕ ਆ ਰਹੇ ਨੇ ਮੇਰੇ ਕੋਲ ਸਵੇਰੇ ਲੈਣ, ਇਹਨਾਂ ਲੋਕਾਂ ਦੀ ਗਰੀਬਾਂ ਦੀ ਲੱਗੀ ਹੁੰਦੀ ਓਵਰ ਚਾਰਜਿੰਗ, ਸਰ ਓਵਰ ਚਾਰਜਿੰਗ ਕਿੱਥੋਂ ਅਸੀਂ ਦੇ ਦਈਏ ਜੀ। चलाओ चलिए डीसी मैडम को संभाल लो प्लीज, किधर बोला ਤੁਹਾਡੇ ਕੋਲ ਐਨ ਅੱਡੀ ਕੇਡ ਦੀ ਸਾਹਮਣੇ ਦੇ ਦਿਓ ਚੱਲ ਚੱਲ। ਦੇਖੋ ਮੌਕੇ ਤੇ ਅਸੀਂ ਆਏ ਆ, ਮੈਂ ਡੀਸੀ ਸਾਹਿਬ ਸਾਡੇ ਮਾਨਯੋਗ ਰਾਹੁਲ ਚਾਬਾ ਜੀ ਨੂੰ ਬੁਲਾਇਆ ਸੀ, ਆਏ ਨੇ ਔਰ ਇੱਥੇ ਓਵਰ ਚਾਰਜਿੰਗ ਹੋ ਰਹੀ ਹੈ ਜਿਹੜੀ 10 ਰੁਪਏ ਬਾਈਕ ਦੇ ਲਏ ਜਾ ਰਹੇ ਆ ਤੇ 20 ਰੁਪਏ 30 ਰੁਪਏ। ਤੁਸੀਂ ਦੇਖੋ ਆਮ ਪੁੱਛਿਆ ਵੀ ਆ ਲੋਕਾਂ ਨੂੰ ਐਵੀਡੈਂਸ ਤੁਹਾਡੇ ਕੋਲ ਨੇ, ਮੈਂ ਕੋਈ ਕੋਈ ਕ੍ਰੇਡਿਟ ਨਹੀਂ ਕੀਤੇ, ਮਤਲਬ ਜਿਹੜੇ ਕਾਰ ਦਾ ਰੇਟ ਆ 23 ਰੁਪਏ ਔਰ 40 ਰੁਪਏ ਲਿਆ ਜਾ ਰਿਹਾ ਔਰ ਈਵਨ ਪਰਚੀ ਵੀ ਨਹੀਂ ਦੇਖੀ ਜਾ ਰਹੀ ਔਰ ਗੱਡੀਆਂ ਬਾਹਰ ਜਾ ਰਹੀਆਂ ਨੇ, ਕਿਸੇ ਦੀ ਗੱਡੀ ਚੋਰੀ ਹੋ ਜਾਏ ਕੋਈ ਰਿਸਪੋਂਸੀਬਲ ਨਹੀਂ ਹੈਗਾ। ਕਹਿੰਦਾ ਮੈਂ ਇਸ ਤਰੀਕੇ ਨਾਲ ਇਹਨਾਂ ਨੇ ਮੂੰਹ ਨੂੰ ਖੂਨ ਲਾਇਆ ਪਾਰਕਿੰਗ ਵਾਲਿਆਂ ਨੇ। ਮੈਂ ਅੱਜ ਚੱਲਿਆ ਮਾਨਯੋਗ ਡੀਸੀ ਸਾਹਿਬਾਂ ਕੋਲ, ਉਹਨਾਂ ਨੂੰ ਬੇਨਤੀ ਲਾਵਾਂਗੇ ਵੀ ਇੱਕ ਤਾਂ ਇਹਨਾਂ ਦਾ ਇਮੀਡੀਏਟ ਲਾਇਸੈਂਸ ਕੈਂਸਲ ਕਰਨ, ਇਹਨੂੰ ਪ੍ਰੋਪਰ ਵੇ ਨਾਲ ਦੁਬਾਰਾ ਤੋਂ ਇਹਦੇ ਕਰਨ, ਇੱਥੇ ਅਸੀਂ ਬੋਰਡ ਲਵਾਈਏ, ਡਿਸਪਲੇ ਬੋਰਡ ਲਵਾਈਏ, ਇਨ ਆਊਟ ਦੇ ਇੱਥੇ ਇਹਦੇ ਬੈਰੀਕੇਡ ਲਗਵਾਈਏ, ਪ੍ਰੋਪਰ ਵੇ ਨਾਲ ਇਹ ਪਾਰਕਿੰਗ ਕਰੀਏ ਔਰ ਜੋ ਜੈਨੂਅਨ ਸਰਕਾਰ ਦਾ ਬਣਦਾ ਰੇਟ ਆ, ਜੋ ਠੇਕੇਦਾਰ ਨੂੰ ਲੈਣ ਦਾ ਹੱਕਦਾਰ ਆ, ਉਹ ਰੇਟ ਤੋਂ ਵੱਧ ਜੇ ਇੱਕ ਪੈਸਾ ਵੀ ਲਊਗਾ ਤੇ ਉਹ ਸਹਿਮ ਨਹੀਂ ਕੀਤਾ ਰਾ, ਉਹ ਰੇਟ ਤੋਂ ਵੱਧ ਜੇ ਇੱਕ ਪੈਸਾ ਵੀ ਲਊਗਾ ਤੇ ਉਹ ਸਹਿਮ ਨਹੀਂ ਕੀਤਾ ਜਾਊਗਾ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ, ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ, ਇਹਦੇ ਵਿੱਚ ਕਿਸੇ ਵੀ ਆਮ ਜਨਤਾ ਦੇ ਗਲਾ ਘੁੱਟ ਕੇ ਅਸੀਂ ਕਿਸੇ ਠੇਕੇਦਾਰ ਮਾਫੀਆ ਦਾ ਇੱਥੇ ਅਸੀਂ ਨਹੀਂ ਹੋਣ ਦਿਆਂਗੇ। ਇਹ ਅਸੀਂ ਇਸ ਚੀਜ਼ ਦਾ ਬਹੁਤ ਸਖਤੀ ਦੇ ਨਾਲ ਇਹਦਾ ਅਸੀਂ ਅੱਜ ਫੈਸਲਾ ਲਵਾਂਗੇ। ਦੇਖੋ ਜੀ, ਸਭ ਤੋਂ ਪਹਿਲਾਂ ਡੀਸੀ ਸਾਹਿਬ ਬੈਠੇ ਨੇ ਸਾਡੇ ਨਾਲ, ਤਾਂ ਡੀਸੀ ਦਾ ਬੇਨਤੀ ਲਾਈ ਆ ਵੀ ਇਕਦਮ ਇਮੀਡੀਏਟ ਇਹਨਾਂ ਦਾ ਲਾਇਸੈਂਸ ਕੈਂਸਲ ਕਰੋ, ਲਾਇਸੈਂਸ ਕੈਂਸਲ ਕਰਕੇ ਨਾਲ ਹੀ ਇਹਦੀ ਬੋਲੀ ਦਵਾਵਾਂਗੇ ਔਰ ਪ੍ਰੋਪਰ ਵੇ ਨਾਲ ਇਹਦੀ ਹੁਣ ਜਿਹੜੀ ਹੋਏਗੀ ਪ੍ਰੋਪਰ ਹੋਈ ਉਨੀ ਦੇਰ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਆਰਡਰ ਬੇਨਤੀ ਲਾਵਾਂਗੇ ਕਿ ਆਰਡਰ ਕਰਨ ਤੇ ਤਾਂ ਕਿ ਇੱਥੇ ਸਾਡੀ ਕਾਰਪੋਰੇਸ਼ਨ ਸੋਰੀ ਡੀਸੀ ਆਫਿਸ ਦੇ ਮੁਲਾਜ਼ਮ ਚਲਾਉਣਗੇ ਜੋ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ। ਇਹ ਅਸੀਂ ਅੱਜ ਬੇਨਤੀ ਕਰਨ ਚੱਲੇ ਹਾਂ, ਹੁਣੇ ਜਾ ਰਿਹਾ ਮੈਂ ਡੀਸੀ ਮੈਡਮ ਕੋਲ।